ਹਾਂਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿਭਾਗ ਦੇ ਵਿੱਚ। ਹਾਂਜੀ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੱਜ ਸਿੰਘ ਜੀ, ਮੇਰਾ ਜਿਹੜਾ ਪਹਿਲਾ ਸਵਾਲ ਹੈਗਾ ਆ ਤੁਹਾਨੂੰ, ਪਹਿਲਾਂ ਮੈਂ ਸਵਾਲ ਤੋਂ ਪਹਿਲਾਂ ਇੱਕ ਹੋਰ ਗੱਲ, ਮੈਂ ਤੁਹਾਨੂੰ ਆਲ ਦਾ ਬੈਸਟ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਤੁਸੀਂ ਇਲੈਕਸ਼ਨ ਕੰਟੈਸਟ ਕਰ ਰਹੇ ਹੋ, ਕਾਉਂਸਿਲ ਇਲੈਕਸ਼ਨ, ਤੇ ਥੋੜਾ ਜਿਹਾ ਸਾਨੂੰ ਸਮਝਾ ਵੀ ਦਿਓ ਕਿ ਆਪਣੇ ਬਾਰੇ, ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹੈਗੇ ਆ ਕਿ ਤੁਹਾਡਾ ਕਿੱਦਾਂ ਦਿਲ ਕੀਤਾ, ਕਿੱਥੋਂ ਤੁਸੀਂ ਇੰਸਪਾਇਰ ਹੋਏ ਕਿ ਮੈਨੂੰ ਇਲੈਕਸ਼ਨ ਜਿਹੜੀ ਹੈ ਕੰਟੈਸਟ ਕਰਨੀ ਚਾਹੀਦੀ ਹੈ, ਮਨ ਚ ਕੀ ਹੈਗਾ? ਹਾਂਜੀ, ਮੇਰਾ ਪੂਰਾ ਨਾਮ ਦਰਜੀਤ ਸਿੰਘ ਹੈ ਜੀ। ਪਿੱਛੋਂ ਮੈਂ ਪੰਜਾਬ ਨੂੰ ਬਿਲੋਂਗ ਕਰਦਾ, ਅਬੋਹਰ ਏਰੀਏ ਚ ਮੈਂ ਜੰਮਿਆ ਪਿਆ ਜੀ। ਤੇ ਮੈਨੂੰ ਇੱਥੇ 11 ਸਾਲ ਹੋ ਚੁੱਕੇ ਨੇ ਆਸਟ੍ਰੇਲੀਆ ਦੇ ਵਿੱਚ ਆਏ ਨੂੰ। ਤੇ ਇੱਥੇ ਬੈਕਗਰਾਉਂਡ ਪਿੱਛੋਂ ਮੇਰੇ ਵਿੱਚ ਜੇ ਗੱਲ ਹੈ ਤਾਂ ਮੈਂ ਯੂਨੀਵਰਸਿਟੀ ਦੀ ਤਿਆਰੀ ਕਰਦਾ ਸੀ ਤੇ ਮੈਂ ਕਾਫੀ ਅੱਗੇ ਤੱਕ ਇਹਦੇ ਵਿੱਚ ਗਿਆ ਹੋਇਆ ਇੰਡੀਆ ਦੇ ਵਿੱਚ, ਪਰ ਫਾਈਨਲ ਕਲੀਅਰ ਨਹੀਂ ਕਰ ਸਕਿਆ ਜੀ। ਪਰ ਉਹਨੇ ਗੰਗ ਦੇ ਵਿੱਚ ਸੀ ਤਾਂ ਇੱਥੇ ਵੀ ਕਮਿਊਨਿਟੀ ਦੇ ਨਾਲ ਜਦੋਂ ਡੀਲ ਕਰਦੇ ਸੀ ਤਾਂ ਇੱਥੇ ਲੋਕਲ ਏਰੀਏ ਦੇ ਵਿੱਚ ਰਹਿ ਕੇ ਸਾਨੂੰ ਜੋ ਮੁਸ਼ਕਲਾਂ ਆਉਂਦੀਆਂ ਨੇ, ਬਾਕੀ ਆਪਣੇ ਭਾਈਚਾਰੇ ਦੀ ਜੋ ਪ੍ਰੈਜੈਂਟੇਸ਼ਨ ਹੈਗੀ ਹੈ ਜਾਂ ਡਿਸੀਜਨ ਮੇਕਿੰਗ ਦੇ ਵਿੱਚ ਪਾਰਟੀਸਪੇਸ਼ਨ ਆ, ਅੱਜ ਆਸਟ੍ਰੇਲੀਆ ਦੇ ਵਿੱਚ ਬਹੁਤ ਘੱਟ ਹੈ। ਤੁਸੀਂ ਕੈਨੇਡਾ, ਅਮਰੀਕਾ ਤੋਂ ਤਾਂ ਕਈ ਮੰਤਰੀਆਂ ਦੇ ਨਾਮ ਸੁਣੇ ਹੋਣਗੇ, ਇੰਗਲੈਂਡ ਤੋਂ ਵੀ ਸੁਣੇ ਹੋਣਗੇ, ਪਰ ਆਸਟ੍ਰੇਲੀਆ ਦੇ ਵਿੱਚ ਅਜੇ ਇਹੋ ਜਿਹੀ ਕੋਈ ਵੀ ਹੋਂਦ ਨਹੀਂ ਆਈ। ਤੇ ਇਹੀ ਸੋਚ ਦੇ ਨਾਲ ਹੀ ਇਹ ਇੱਕ ਪਹਿਲਾ ਕਦਮ ਹੈ ਤੇ ਇਹ ਬੇਸਿਕਲੀ ਇੱਥੋਂ ਦੇ ਲੋਕਲ ਇਸ਼ੂ ਦੇ ਕਰਕੇ ਹੀ ਕੌਂਸਲ ਦੇ ਲੈਵਲ ਤੱਕ ਹੈ, ਇਹ ਮੇਰਾ ਪੋਲਿਟਿਕਸ ਦੇ ਵਿੱਚ ਪਹਿਲਾ ਕਦਮ ਹੈ ਜੀ। ਜੀ, ਬਹੁਤ ਬਹੁਤ ਤੁਹਾਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਤੁਸੀਂ ਜਿੱਤ ਪ੍ਰਾਪਤ ਕਰੋ। ਮੇਰਾ ਸਵਾਲ ਇਹ ਕਹਿੰਦਾ ਹੈ ਕਿ ਮੈਲਬਨ ਬੈਠਿਆ ਹੋਇਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿੱਦਾਂ ਦੀ ਲੱਗ ਰਹੀ ਹੈ ਤੁਹਾਨੂੰ? ਹਾਂਜੀ, ਮੈਲਬਨ ਬੈਠਿਆ ਹੋਇਆ, ਜੇਕਰ ਮੈਂ ਇਹਨੂੰ ਕਿਸੇ ਦਿਨ ਦੇ ਤਰੀਕੇ ਨਾਲ ਸਮਝਾਉਣਾ ਹੋਵੇ ਤਾਂ ਜਿਵੇਂ ਰੇਗਿਸਤਾਨ ਦੇ ਵਿੱਚ ਇੱਕ ਚਸ਼ਮਾ ਫੁੱਟਦਾ ਤਾਂ ਉਸ ਤਰੀਕੇ ਨਾਲ ਮੈਨੂੰ ਇੱਥੇ ਬੈਠਿਆ ਇਸ ਤਰੀਕੇ ਨਾਲ ਫੀਲ ਹੋ ਰਿਹਾ, ਕਿਉਂਕਿ ਜਦੋਂ ਅਸੀਂ ਮੈਂ ਉੱਥੇ ਸੀਗਾ ਜਾਂ ਹੁਣ ਇੱਥੇ ਆ ਗਿਆ, ਮੈਂ ਉੱਥੇ ਸਟਰਗਲ ਕੀਤੀ ਜੋਬ ਲਈ, ਹੋਰ ਮੇਰੇ ਨਾਲਦਿਆਂ ਨੇ ਵੀ ਬਹੁਤ ਕੀਤੀ, ਤਾਂ ਉੱਥੇ ਸਾਰੇ ਇੱਕ ਤਰੀਕੇ ਨਾਲ ਸਾਰਿਆਂ ਦਾ ਵਿਸ਼ਵਾਸ ਉੱਠ ਚੁੱਕਿਆ ਪੋਲੀਟੀਕਲ ਸਿਸਟਮ ਤੋਂ। ਪੋਲੀਟਿਕਸ ਦਾ ਮਤਲਬ ਹੀ ਉੱਥੇ ਕਰਪਸ਼ਨ ਹੈ। ਇੱਥੇ ਜੇਕਰ ਪੋਲੀਟਿਕਸ ਦਾ ਅਸਲੀ ਮਤਲਬ ਤੇ ਜਾਈਏ ਤਾਂ ਪੋਲੀਟਿਕਸ ਹੁੰਦੀ ਹੈ ਵਿਚਾਰਾਂ ਦੀ ਲੜਾਈ, ਜਦੋਂ ਕਿ ਉੱਥੇ ਅੱਜ ਦੇ ਟਾਈਮ ਚ ਕਿਸੇ ਨੂੰ ਇਸ ਚੀਜ਼ ਨਾਲ ਲੈਣਾ ਦੇਣਾ ਹੀ ਨਹੀਂ ਹੈ ਕਿ ਵਿਚਾਰਾਂ ਦੀ ਲੜਾਈ ਹੈ। ਉੱਥੇ ਪੋਲੀਟਿਕਸ ਪੋਲੀਟਿਕਸ ਮਤਲਬ ਕਿ ਇੱਕ ਦੂਜੇ ਦੀ ਲੱਤਾਂ ਖਿੱਚਣਾ ਜਾਂ ਕਰਪਸ਼ਨ ਕਰਨਾ ਹੈ। ਤਾਂ ਇਹ ਇਸ ਸੋਚ ਨੂੰ ਚੇਂਜ ਕਰਨ ਲਈ ਜੇਕਰ ਅੱਜ ਦੇ ਟਾਈਮ ਚ ਕੋਈ ਕਿਰਨ ਹੈਗੀ ਹੈ ਤਾਂ ਉਹ ਆਮ ਆਦਮੀ ਪਾਰਟੀ ਹੈ, ਉਸ ਬਿਨਾਂ ਹੋਰ ਕੋਈ ਪਾਰਟੀ ਦਿਖ ਨਹੀਂ ਰਹੀ ਜੀ। ਨਾਲੇ ਇੱਕ ਇੱਕ ਜਿਹੜਾ ਮੇਰਾ ਅਗਲਾ ਸਵਾਲ, ਜਿਹੜਾ ਮੈਨੂੰ ਲੱਗਦਾ ਹੈ ਕਿ ਵੀ ਪਹਿਲਾ ਸਵਾਲ ਤੇ ਮੇਰਾ ਇਹੀ ਹੋਣਾ ਚਾਹੀਦਾ ਸੀ, ਪਰ ਪਹਿਲਾਂ ਜਾਣਨਾ ਜ਼ਰੂਰੀ ਸੀ ਕਿ ਤੁਸੀਂ ਕੀ ਸੋਚਦੇ ਹੋ। ਇਲਜ਼ਾਮਾਤ ਬਹੁਤ ਵੱਡੇ ਵੱਡੇ ਲੱਗ ਰਹੇ ਨੇ, ਛੋਟੇ ਨਹੀਂ ਲੱਗ ਰਹੇ। ਸਕੈਂਡਲਸ ਨਿਕਲ ਕੇ ਸਾਹਮਣੇ ਆ ਰਹੇ ਨੇ ਆਮ ਆਦਮੀ ਪਾਰਟੀ ਦੇ, ਛੋਟੇ ਨਹੀਂ ਆ ਰਹੇ। ਹਾਲੀਆ ਇੱਕ ਆਡੀਓ ਟੇਪ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈਗੀ ਆ, ਉਸ ਚ ਆਮ ਆਦਮੀ ਪਾਰਟੀ ਦੀ ਜਿਹੜੀ ਆਗੂ ਹੈਗੇ ਨੇ ਸਰਬਜੀਤ ਕੌਰ, ਉਹ ਜਾਤੀ ਸੂਚਕ ਕੁਛ ਉਹਨਾਂ ਨੇ ਮਾੜਾ ਕਿਹਾ ਹੈਗਾ ਆ, ਤੇ ਇਸ ਤਰ੍ਹਾਂ ਦੇ ਹੋਰ ਵੀ ਇਹ ਇੱਕ ਕੇਸ ਹੈਗਾ, ਹਾਲਾਂਕਿ ਉਹਨਾਂ ਨੇ ਮਨਾ ਕਰਤਾ ਕਿ ਮੇਰੀ ਆਵਾਜ਼ ਹੀ ਨਹੀਂ। ਕੰਵਰ ਸੰਧੂ ਸਾਹਿਬ ਤੇ ਬੜੇ ਸਾਡੇ ਕਿੱਤੇ ਦੇ ਨੇ, ਸਾਡੇ ਪ੍ਰੋਫੈਸ਼ਨ ਦੇ ਨੇ, ਕੁਛ ਇਲਜ਼ਾਮਾਤ ਲੱਗਦੇ ਨੇ। ਸੋ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਜਿਹੜਾ ਸਭ ਕੁਛ ਹੈਗਾ, ਕੁਛ ਚੀਜ਼ਾਂ, ਕਿਉਂਕਿ ਆਮ ਆਦਮੀ ਪਾਰਟੀ ਦੀ ਮੈਂ ਪਹਿਲਾਂ ਵੀ ਇਹ ਗੱਲ ਕਰ ਰਹੀ ਸੀ ਕਿ ਤਾਰੀਫ ਇਹ ਹੈਗੀ ਹੈ ਕਿ ਐਕਸ਼ਨ ਜਿਹੜਾ ਹੈ ਉਹ ਇਕਦਮ ਲੈ ਲੈਂਦੀ ਹੈ, ਉਹਨੂੰ ਲੱਗਦਾ ਹੈਗਾ ਕੋਈ ਦਾਗੀ ਹੈ ਤੇ ਉਸੇ ਟਾਈਮ ਮੁਅੱਤਲ ਕਰ ਦਿੰਦੀ ਹੈ, ਪਰ ਇਲਜ਼ਾਮਾਤ ਦੀ ਲਿਸਟ ਜਿਹੜੀ ਹੈ, ਫਿਰਿਸਤ ਜਿਹੜੀ ਹੈ, ਲੰਬੀ ਹੁੰਦੀ ਜਾ ਰਹੀ ਹੈ ਜੀ। ਹਾਂਜੀ, ਜਿਹੋ ਜਿਹੇ ਪੋਲੀਟੀਕਲ ਸਿਸਟਮ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਹੋਂਦ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਮੈਂ ਕਹੂੰਗਾ ਇੱਕ ਹੋਂਦ ਬੰਦਾ ਆ ਵੀ ਨਹੀਂ ਗਿਆ ਥੋੜੇ ਜਿਹੇ ਟਾਈਮ ਦੇ ਵਿੱਚ, ਹੁਣ ਮੈਂ ਕਿਸੇ ਪਾਰਟੀਕੁਲਰ ਇੰਸੀਡੈਂਟ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕਰੂੰਗਾ, ਪਰ ਓਵਰਆਲ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰੂੰਗਾ ਜਾਂ ਦੱਸਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਮੈਨੂੰ ਅਲੱਗ ਅਲੱਗ ਉਹਨਾਂ ਦੇ ਅੰਦਰ ਦੀ ਗੱਲ ਨਹੀਂ ਪਤਾ। ਪਰ ਇੰਨਾ ਜ਼ਰੂਰ ਹੈ ਜੇਕਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਤਾਂ ਮੈਂ ਪਹਿਲਾ ਮੁੱਖ ਮੰਤਰੀ ਦੇਖਿਆ ਜਿਹੜੇ ਆਪਣੇ ਮੰਤਰੀ ਕੱਢੇ, ਨਹੀਂ ਤਾਂ ਹਰ ਕੋਈ ਆਪਣੇ ਜਿਹੜਾ ਮੰਗੇਜ ਦਾ ਉਹ ਕੱਢਦਾ ਹੀ ਹੁੰਦਾ, ਬਟ ਉਹ ਬੰਦੇ ਦੇ ਵਿੱਚ ਇੰਨੀ ਹਿੰਮਤ ਹੈਗੀ ਆ ਕਿ ਉਹਨੇ ਆਪਣੇ ਮੰਤਰੀਆਂ ਤੱਕ ਨੂੰ ਕੱਢਿਆ, ਜਿੱਥੇ ਵੀ ਉਹਨੂੰ ਲੱਗਦਾ ਕਿ ਕਿਤੇ ਕਰਪਸ਼ਨ ਹੋ ਰਹੀ ਹੈ ਉਹਨਾਂ ਨੂੰ ਕੱਢਿਆ। ਹੁਣ ਤੁਸੀਂ ਕੇਸਾਂ ਦੀ ਗੱਲ ਕਰ ਰਹੇ ਹੋ ਕਿ ਇੱਥੇ ਜਿਵੇਂ ਜਾਤੀ ਸੂਚਕ ਵਰਡਾਂ ਦੀ ਗੱਲ ਕਰ ਰਹੇ ਹੋ ਜਾਂ ਕੰਵਰ ਸਿੱਧੂ ਦੇ ਕਿਸੇ ਦੀ ਗੱਲ ਕਰ ਰਹੇ ਹੋ, ਜੇਕਰ ਅਸੀਂ ਆਪਣੇ ਪੰਜਾਬ ਦੀਆਂ ਇੰਡੀਆ ਦੇ ਪ੍ਰੋਪਰ ਚ ਜਾਈਏ ਤਾਂ ਜੋ ਚੀਜ਼ਾਂ ਨੇ ਇਹ ਬੰਦੀਆਂ ਪਈਆਂ ਹੋਈਆਂ ਨੇ, ਜੋ ਸਾਫ ਸਿਸਟਮ ਹੈ ਉਹ ਅੱਧਾ ਨਹੀਂ ਹੈ, ਇਹ ਸਾਡੇ ਪੀੜ੍ਹੀ ਦਰ ਪੀੜ੍ਹੀ ਚੱਲਦਾ ਵਾ, ਸਾਡੇ ਖੂਨ ਚ ਰੱਖਿਆ ਹੋਇਆ। ਮੈਂ ਇੱਥੇ ਬਿਲਕੁਲ ਹੱਥ ਚ ਨਹੀਂ ਹਾਂ, ਮੈਂ ਬਿਲਕੁਲ ਇਸ ਚੀਜ਼ ਦਾ ਅਗੇਂਸਟ ਹਾਂ, ਮੈਂ ਕੁਆਲਿਟੀ ਦਾ ਸਭ ਤੋਂ ਵੱਡਾ ਪਹਿਰੇਦਾਰ ਹਾਂ, ਪਰ ਇਹ ਇਸ ਚੀਜ਼ ਨੂੰ ਦੂਰ ਕਰਨ ਲਈ ਇਹਦੇ ਨਾਲ ਲੜਾਈ ਚੱਲਦੀ ਰਹਿਣੀ ਚਾਹੀਦੀ ਹੈ। ਤੇ ਇਹਦੇ ਚ
ਜੇਕਰ ਸਰਜੀਤ ਕੌਰ ਦੀ ਗਲਤੀ ਹੈ ਤਾਂ ਨੋ ਡਾਊਟ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਉਹਨਾਂ ਨਾਲ ਜੋ ਬਣਦਾ ਵਰਤਾਰਾ ਪਾਰਟੀ ਵੱਲੋਂ ਹੋਣਾ ਚਾਹੀਦਾ। ਪਰ ਜੋ ਇਲਜ਼ਾਮ ਨਾਲ ਕੋਈ ਬੰਦਾ ਜਿਹੜਾ ਹੁੰਦਾ ਉਹ ਦਾਗੀ ਨਹੀਂ, ਪਰ ਉਸ ਦੀ ਪੜਚੋਲ ਹੋਣੀ ਚਾਹੀਦੀ ਹੈ। ਜਿਵੇਂ ਪੁਰਾਣੇ ਐਕਸਪੀਰੀਅੰਸ ਨੇ ਆਮ ਆਦਮੀ ਪਾਰਟੀ ਦੇ, ਤਾਂ ਉਹਦੇ ਹਿਸਾਬ ਨਾਲ ਉਹਨਾਂ ਨੇ ਹੁਣ ਤੱਕ ਹਰੇਕ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਹੀ ਡੀਲ ਕੀਤਾ, ਤੇ ਮੈਂ ਐਕਸਪੈਕਟ ਕਰਦਾ ਕਿ ਇਹ ਚੀਜ਼ਾਂ ਅਗਾਂਹ ਚੱਲਦੀਆਂ ਰਹਿਣੀਆਂ। ਪਰ ਜਦੋਂ ਨਵੀਂ ਇੱਕ ਪਾਰਟੀ ਹੈ ਤਾਂ ਉਹਦੇ ਚ ਇਹ ਚੀਜ਼ਾਂ ਆਉਣੀਆਂ ਕੋਈ ਵੱਡੀ ਗੱਲ ਨਹੀਂ, ਇਹ ਚੀਜ਼ਾਂ ਆਮ ਹੁੰਦੀਆਂ ਨੇ। ਬਟ ਉਹ ਇਸ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਦੇ ਨੇ, ਇਹ ਚੀਜ਼ ਮੈਟਰ ਕਰਦੀ ਹੈ। ਸਿੰਘ ਸਾਹਿਬ, ਕਦੀ ਕਦੀ ਬੈਠਿਆਂ ਇਹ ਨਹੀਂ ਲੱਗਦਾ ਕਿ ਇਹ ਜਿਹੜੀ ਸਪੋਰਟ ਹੈਗੀ ਹੈ ਇਹ ਧਰਾਤਲ ਨਾਲ ਜੁੜੀ ਨਹੀਂ ਹੋਈ, ਮਤਲਬ ਜ਼ਮੀਨੀ ਹਕੀਕਤ ਨਾਲ ਜੁੜੀ ਨਹੀਂ ਹੋਈ, ਇਹ ਇਮੋਸ਼ਨਲ ਸਪੋਰਟ ਜਿਹੜੀ ਹੈਗੀ ਉਹ ਜ਼ਿਆਦਾ ਹੈਗੀ ਹੈ? ਕਿਉਂਕਿ ਇਹਨਾਂ ਨੇ ਜਿਹੜੀ ਲਿਸਟ ਹੈ, ਜ਼ਾਹਰ ਤੌਰ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਟ੍ਰੈਂਡ ਸੈਟਰ ਬਣ ਗਈ ਹੈ, ਤਿੰਨ ਲਿਸਟਾਂ ਜਿਹੜੀਆਂ ਨੇ ਜਾਰੀ ਹੋ ਚੁੱਕੀਆਂ ਨੇ, 50% ਦੇ ਆਸ ਪਾਸ ਜਿਹੜੇ ਨੇ ਕੈਂਡੀਡੇਟ ਜਿਹੜੇ ਨੇ ਉਹਨਾਂ ਨੇ ਟਿਕਟਾਂ ਆਪਣੀਆਂ ਅਨਾਊਂਸ ਕਰ ਦਿੱਤੀਆਂ ਨੇ ਕਿ ਇਹ ਲੋਕ ਲੜੇ ਨੇ ਵੀ ਸਾਡੇ ਕੋਲ ਫੰਡਸ ਨਹੀਂ ਹੈਗੇ ਤੇ ਅਸੀਂ ਡੋਰ ਟੂ ਡੋਰ ਜਾ ਕੇ ਆਪਣੀ ਕੈਂਪੇਨਿੰਗ ਕਰਨੀ ਹੈਗੀ ਆ, ਸੋ ਸਾਨੂੰ ਜਿਹੜਾ ਟਾਈਮ ਹੈ ਉਹ ਚਾਹੀਦਾ ਹੈਗਾ ਗੁੱਡ ਇਨਫ, ਪਰ ਕਿਤੇ ਨਾ ਕਿਤੇ ਜੇ ਫੰਡਸ ਨਹੀਂ ਹੈ, ਰਿਸੋਰਸਿਸ ਨਹੀਂ ਹੈਗੀ ਆ, ਤੇ ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਬਈ ਇਹ ਜਿਹੜੀ ਇਮੋਸ਼ਨਲ ਸਪੋਰਟ ਹੈਗੀ ਆ ਇਹ ਲੋਕ ਜਿਹੜੇ ਨੇ ਜਾਂ NRIs ਨੇ ਉਹ ਜ਼ਿਆਦਾ ਕਰ ਰਹੇ ਨੇ, ਤੇ ਰਿਸੋਰਸਿਸ ਆਮ ਆਦਮੀ ਪਾਰਟੀ ਕੋਲ ਉਹਨੇ ਹੈ ਨਹੀਂ ਕਿ ਉਹ ਪੂਰਾ ਕਰ ਸਕਣ ਚੀਜ਼ਾਂ ਉਹਨਾਂ ਨੂੰ। ਹਾਂਜੀ, ਜੋ ਆਪਣਾ ਪੰਜਾਬ ਦਾ ਜਾਂ ਇੰਡੀਆ ਦਾ ਪੁਰਾਣਾ ਪੋਲੀਟੀਕਲ ਸਿਸਟਮ ਆ ਉਹਦੇ ਵਿੱਚ ਪੈਸਾ ਬਹੁਤ ਜ਼ਿਆਦਾ ਲੱਗਦਾ ਹੈ। ਜੇਕਰ ਪੋਲੀਟੀਕਲ ਸਿਸਟਮ ਦੇ ਉੱਤੇ ਜਾਈਏ, ਜੇਕਰ ਮੈਂ ਇੱਥੋਂ ਦੇ ਨਾਲ ਕੰਪੈਰੀਜ਼ਨ ਕਰਾਂ ਤਾਂ ਸਾਡੇ ਇੱਥੇ ਕੋਈ ਰੈਲੀਆਂ ਨਹੀਂ ਹੁੰਦੀਆਂ, ਸਾਡੇ ਕੋਲ ਇੱਥੇ ਵੱਡੇ ਵੱਡੇ ਬੋਰ ਨਹੀਂ ਲਾਉਣੇ ਪੈਂਦੇ। ਬਹੁਤ ਹੀ ਸਿੱਧਾ ਜਿਹਾ ਸਿੰਪਲ ਗੱਲ ਹੁੰਦੀ ਹੈ ਕਿ ਲੋਕਾਂ ਤੱਕ ਆਪਣੇ ਮੁੱਦੇ ਲੈ ਕੇ ਜਾਈਦੇ ਨੇ, ਮੁੱਦਿਆਂ ਦੀ ਗੱਲ ਹੁੰਦੀ ਹੈ। ਜੇਕਰ ਪੰਜਾਬ ਦੀ ਗੱਲ ਜਿਵੇਂ ਤੁਸੀਂ ਕਿਹਾ ਕਿ ਉੱਥੇ ਇਮੋਸ਼ਨਲ ਅਟੈਚਮੈਂਟ ਜ਼ਿਆਦਾ ਹੈ ਲੋਕਾਂ ਦੀ ਜਾਂ NRIs ਦੀ ਜ਼ਿਆਦਾ ਹੈ ਆਮ ਆਦਮੀ ਪਾਰਟੀ ਨਾਲ, ਤਾਂ ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਹਾਂ, ਬਿਲਕੁਲ ਹੈ। ਕਿਉਂਕਿ ਆਮ ਆਦਮੀ ਪਾਰਟੀ ਕੋਈ ਨਵੀਂ ਪਾਰਟੀ, ਕੋਈ ਜ਼ਿਆਦਾ ਪੁਰਾਣੀ ਪਾਰਟੀ ਨਹੀਂ ਹੈ, ਬਿਲਕੁਲ ਨਵੀਂ ਪਾਰਟੀ ਹੈ। ਅੱਗੇ ਉਹਨਾਂ ਨੇ ਜਿਵੇਂ ਦੂਜਿਆਂ ਨੇ ਕੈਡਰ ਬਣਾਏ ਹੋਏ ਨੇ ਪਹਿਲਾਂ ਦੇ ਉੱਥੇ, ਤਾਂ ਉੱਥੇ ਖਾਨਦਾਨੀ ਚੱਲਿਆ ਆਉਂਦਾ। ਜਿਵੇਂ ਕਿ ਕਹਿ ਲਓ, ਮੈਂ ਕਿਸੇ ਪਾਰਟੀ ਦੇ ਐਗਜ਼ਾਮਪਲ ਦੇ ਦਿੰਦਾ ਕਿ ਕਹਿ ਦਿੰਦੇ ਆ ਵੀ ਪੰਥ ਨੂੰ ਖਤਰਾ ਤਾਂ ਤਕੜੀ ਤੇ ਮੋਹਰ ਲੱਗਣੀ ਚਾਹੀਦੀ ਹੈ। ਤੇ ਇਸ ਤਰੀਕੇ ਨਾਲ ਉਹ ਚੀਜ਼ਾਂ ਪੁਰਾਣੀਆਂ ਸੀਗੀਆਂ, ਪਰ ਜੋ ਨਵੀਂ ਜਨਰੇਸ਼ਨ ਆ ਰਹੀ ਹੈ, ਨਵੀਂ ਜਨਰੇਸ਼ਨ ਦੇ ਵਿੱਚ ਇੱਕ ਨਵਾਂ ਜਜ਼ਬਾ ਹੈ, ਉਹ ਜਜ਼ਬਾ ਅੱਜ ਇਮੋਸ਼ਨਲ ਲੈਵਲ ਤੱਕ ਹੈ, ਪਰ ਉਹਦੇ ਪਿੱਛੇ ਜਿਹੜੀ ਸੋਚ ਹੈ, ਸੋਚ ਉਹਨਾਂ ਦੀ ਚੇਂਜ ਦੀ ਹੈ। ਤੇ ਜਿਹੜੀ ਚੇਂਜ ਵਾਲੀ ਸੋਚ ਹੈ ਉਹਦੇ ਲਈ ਧਰਾਤਲ ਕੋਈ ਮੈਟਰ ਨਹੀਂ ਕਰਦਾ, ਉਹਦੇ ਲਈ ਇਮੋਸ਼ਨਸ ਕਾਫੀ ਮੈਟਰ ਕਰਦੇ ਆ। ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਇਹ ਇਮੋਸ਼ਨਲ ਜਜ਼ਬਾ ਚੇਂਜ ਵਾਲਾ, ਇਹ ਚੇਂਜ ਲੈ ਕੇ ਆਵੇਗਾ। ਕਿ ਜਿਵੇਂ ਪਹਿਲਾਂ ਗੱਲ ਕੀਤੀ ਗਈ ਜਾਂ ਬਹੁਤ ਸਾਰੇ ਅਜਿਹੇ ਇਲਜ਼ਾਮ ਲੱਗਦੇ ਰਹੇ, ਅੰਦਰੋਂ ਸੁਖਪਾਲ ਖਹਿਰਾ ਵਰਗੇ ਜਿਹੜੇ ਆਗੂ ਹੈਗੇ ਨੇ ਉਹਨਾਂ ਨੇ ਵੀ ਕਿਹਾ ਕਿ ਹਾਲਾਂਕਿ ਬਾਅਦ ਚ ਯੂ ਟਰਨ ਲੈ ਲਿਆ ਕਿ ਸਾਨੂੰ ਤੰਗ ਕਰਦੇ ਨੇ ਦਿੱਲੀ ਵਾਲੀ ਆ ਕੇ, ਸਾਨੂੰ ਇੰਟਰਫੇਰੈਂਸ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ, ਵੀ ਅਸੀਂ ਕੰਮ ਕਰਦੇ ਹੁੰਦੇ ਆ ਤੇ ਦਿੱਲੀਓ ਸੰਜੇ ਸਿੰਘ ਵਰਗੇ ਲੀਡਰਸ ਆਉਂਦੇ ਨੇ ਤੇ ਸਾਨੂੰ ਜਿਹੜਾ ਹੈ ਪਰੇਸ਼ਾਨ ਕੀਤਾ ਜਾਂਦਾ ਹੈਗਾ ਆ, ਕਿ ਸਾਨੂੰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣੀ ਪਾਰਟੀ ਨਹੀਂ ਲੱਗਦੀ। ਇਹ ਜਦੋਂ ਸੁੱਚਾ ਸਿੰਘ ਛੋਟੇਪੁਰ ਸੀ ਉਹ ਐਪੀਸੋਡ ਜਿਹੜਾ ਹੈ ਉਹ ਵੀ ਬਹੁਤ ਵੱਡਾ ਗਿਆ, ਪਾਰਟੀ ਅਜੇ ਵੀ ਡੈਮੇਜ ਕੰਟਰੋਲ ਚ ਲੱਗੀ ਹੋਈ ਹੈਗੀ ਆ। ਉਸ ਤੋਂ ਬਾਅਦ ਜਦੋਂ ਗੁਰਪ੍ਰੀਤ ਸਿੰਘ ਵੜੈਚ ਸਾਹਿਬ ਆਏ, ਉਹਨਾਂ ਨੂੰ ਜਦ ਕਨਵੀਨਰ ਥਾਪਿਆ ਗਿਆ, ਉਹਨਾਂ ਵਾਸਤੇ ਜਿਹੜੇ ਚੈਲੰਜਸ ਨੇ ਉਹ ਬਹੁਤ ਵੱਡੇ ਨੇ, ਕਿਉਂਕਿ ਪਾਰਟੀ ਨੂੰ ਇੱਕ ਕਰਕੇ ਰੱਖਣਾ ਜਿਹੜਾ ਹੈ ਹਰ ਪਾਰਟੀ ਵਾਸਤੇ ਬਹੁਤ ਵੱਡਾ ਚੈਲੰਜ ਹੁੰਦਾ ਆ। ਤੇ ਹੁਣ ਇਦਾਂ ਲੱਗਦਾ ਹੈ ਕਿ ਇਦਾਂ ਨਹੀਂ ਕਿ ਦਿੱਲੀ ਵਾਲੇ ਇੱਥੇ ਹੈਗੇ ਨਹੀਂ, ਪਰ ਇਹ ਗੱਲ ਹੈ ਕਿ ਮੂਰੀ ਜਿਹੜਾ ਕੀਤਾ ਜਾ ਰਿਹਾ ਹੁਣ ਮਤਲਬ ਪਹਿਲਾਂ ਨਹੀਂ ਹੁਣ ਪੰਜਾਬ ਦੇ ਆਗੂਆਂ ਨੂੰ, ਜਿਵੇਂ ਕਮਾਨ ਦੇ ਦਿੱਤੀ ਗਈ ਹੈ ਮਾਲਵੇ ਤੋਂ ਜਰਨੈਲ ਸਿੰਘ ਜਿਹੜੇ ਨੇ ਉਹ ਫੇਸ ਹੈਗੇ ਨੇ, ਮਾਝਾ ਜਿਹੜੇ ਨੇ ਉਹ ਦੇਖ ਰਹੇ ਨੇ ਭਗਵੰਤ ਮਾਨ, ਤੇ ਘੁੱਗੀ ਜਿਹੜੇ ਨੇ ਉਹਨਾਂ ਨੂੰ ਦੁਆਬਾ ਬੈਲਟ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ। ਸੋ ਕੰਮ ਜਿਹੜਾ ਵੰਡ ਦਿੱਤਾ ਗਿਆ ਪਰ ਪੰਜਾਬੀਆਂ ਦੇ ਵਿੱਚ, ਸੋ ਇਸ ਨੂੰ ਇਹ ਮੰਨੀਏ ਕਿ ਇਦਾਂ ਦੀ ਗੱਲ ਸੀਗੀ ਕਿ ਇੰਟਰਫੇਰੈਂਸ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਸੀਗੀ ਤੇ ਪੰਜਾਬ ਦੇ ਵਿੱਚ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਸਨ ਤੇ ਕੇਜਰੀਵਾਲ ਸਾਹਿਬ ਨੇ ਇਹ ਵਾਲੀ ਜਿਹੜੀ ਗੱਲ ਹੈ ਉਹ ਮਹਿਸੂਸ ਕਰ ਲਈ? ਮੈਂ ਇਸ ਗੱਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ, ਬਟ ਗੱਲ ਇਹ ਹੈ ਕਿ ਜਿਹੜਾ ਪੋਲੀਟੀਕਲ ਸਿਸਟਮ ਸਾਡੇ ਪੰਜਾਬ ਦੇ ਵਿੱਚ ਚੱਲ ਰਿਹਾ, ਉੱਥੇ ਇੱਕ ਟੀਮਵਰਕ ਦੀ ਜਿਹੜੀ ਪੋਲੀਟੀਕਲ ਸਿਸਟਮ ਦੇ ਵਿੱਚ ਟੀਮਵਰਕ ਹੁੰਦਾ ਉਹਦੀ ਆਦਤ ਨਹੀਂ ਸੀ। ਉੱਥੇ ਮੋਸਟਲੀ ਸੈਂਟਰਲਾਈਜ਼ ਹੁੰਦੇ, ਕੋਈ ਵੀ ਪੋਲੀਟੀਕਲ ਪਾਰਟੀ ਚੁੱਕ ਲਵੋ, ਤੁਸੀਂ ਅਕਾਲੀ ਦਲ ਚੁੱਕ ਲਓ, ਬੀਜੇਪੀ ਚੁੱਕ ਲਓ, ਉੱਥੇ ਸਾਰੇ ਡਿਸੀਜਨ ਉੱਥੋਂ ਕਰਕੇ ਜਾਂਦੇ ਨੇ। ਉਹੀ ਚੀਜ਼ ਜਿਹੜੀ ਧਰਾਤਲ ਸੀਗਾ, ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਹੈ, ਉਹਦੇ ਚ ਉਹਨਾਂ ਨੇ ਕੋਸ਼ਿਸ਼ ਕੀਤੀ, ਬਟ ਇਹ ਵੀ ਜਿਹੜੀ ਅਸੀਂ ਪੰਜਾਬੀ ਕੌਮ ਹੈ, ਅਸੀਂ ਕਿਸੇ ਦਾ ਵੀ ਡਿਸੀਜਨ, ਅਸੀਂ ਕੁਝ ਜ਼ਿਆਦਾ ਅਸੀਂ ਅਣਖੀਲੀ ਕੌਮ ਆ, ਅਸੀਂ ਕਿਸੇ ਹੋਰ ਦਾ ਭਾਵੇਂ ਸਾਡੇ ਲਈ ਚੰਗਾ ਹੋਵੇ ਡਿਸੀਜਨ, ਅਸੀਂ ਉਹਨੂੰ ਇੱਕ ਤਰੀਕੇ ਨਾਲ ਆਰਡਰ ਦੇ ਤੌਰ ਤੇ ਲਵਾਂਗੇ, ਤੇ ਜ਼ਿਆਦਾ ਆਰਡਰ ਸਾਨੂੰ ਲੈਣ ਦੀ ਆਦਤ ਨਹੀਂ ਹੈ। ਹਾਂ, ਜਦੋਂ ਪੰਜਾਬ ਦੇ ਵਿੱਚ ਬੈਠੇ ਹਾਂ, ਕਈ ਆਗੂਆਂ ਨੇ ਕਿੰਤੂ ਕ੍ਰਾਂਤੀ ਜਿੱਤੀ ਹੈ,
ਮੀਡੀਆ ਦੇ ਥਰੂ ਹੀ ਸਾਨੂੰ ਮੈਨੂੰ ਵੀ ਪਤਾ ਲੱਗਿਆ, ਮੈਂ ਇੰਟਰਨਲੀ ਪਾਰਟੀ ਦੇ ਨਾਲ ਕੋਈ ਕਨੈਕਟਡ ਨਹੀਂ ਹੈਗਾ, ਬਟ ਇੰਨਾ ਜ਼ਰੂਰ ਹੈ ਕਿ ਇਹ ਚੀਜ਼ ਚ ਅਜੇ ਸਾਰੇ ਪੋਲੀਟੀਕਲ ਸਿਸਟਮ ਦੇ ਵਿੱਚ ਸਾਰੇ ਪੋਲੀਟੀਸ਼ਨ ਭਾਵੇਂ ਸੁਖਪਾਲ ਖਹਿਰਾ ਜੀ ਪੁਰਾਣੇ ਨੇ ਜਾਂ ਦੂਜੇ ਨੇ, ਬਟ ਉਹ ਵੀ ਬੜਾ ਕੁਛ ਸਿੱਖ ਰਹੇ ਨੇ ਅਜੇ, ਇਹ ਅਜੇ ਸਿੱਖਣ ਵਾਲੀ ਸਟੇਜ ਤੇ ਨੇ ਇਹ ਚੀਜ਼ਾਂ, ਤੇ ਮੈਂ ਹੋਪ ਕਰਦਾ ਕਿ ਉਹ ਛੇਤੀ ਇਹ ਚੀਜ਼ਾਂ ਤੋਂ ਸਿੱਖ ਜਾਣਗੇ ਤੇ ਇਹਨਾਂ ਚੀਜ਼ਾਂ ਤੋਂ ਉੱਥੇ ਉੱਠ ਕੇ ਜਿਹੜਾ ਮੇਨ ਮੁੱਦਾ ਜੋ ਚੇਂਜ ਲਿਆਉਣ ਦਾ ਮੇਨ ਮੁੱਦਾ ਉਹਦੇ ਉੱਤੇ ਕੰਮ ਕਰਨਗੇ, ਤੇ ਮੈਨੂੰ ਪੂਰੀ ਉਮੀਦ ਹੈ ਕਿ ਛੋਟੀਆਂ ਮੋਟੀਆਂ ਜੋ ਅੜਚਣਾਂ ਆ ਰਹੀਆਂ ਨੇ ਇਹ ਛੇਤੀ ਦੂਰ ਹੋ ਜਾਣਗੇ। ਤੇ ਫਿਲਹਾਲ ਵਕਤ ਇੱਕ ਵਕਫੇ ਦਾ, ਹੁਣੇ ਵਾਪਸ ਚਾਹਤ ਰੱਖਦੇ ਹੋ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਦੀ ਜਾਂ ਚਾਹੁੰਦੇ ਹੋ ਇੱਥੇ ਪੀਆਰ, ਸਾਰੀ ਟੈਨਸ਼ਨ ਸਾਰੀ ਪਰੇਸ਼ਾਨੀ ਹੁਣ ਕਰ ਦਿਓ ਦਰਕਿਨਾਰ, ਕਿਉਂਕਿ ਵਨ ਵਰਲਡ ਇਮੀਗ੍ਰੇਸ਼ਨ ਕੰਸਲਟੈਂਟਸ ਨਾ ਸਿਰਫ ਲੀਗਲ ਤਰੀਕੇ ਨਾਲ ਤੁਹਾਨੂੰ ਵੀਜ਼ਾ ਦਵਾਉਣਗੇ ਬਲਕਿ ਕਾਨੂੰਨੀ ਸਲਾਹ ਦੇ ਨਾਲ ਤੁਹਾਨੂੰ ਜਾਣ ਦਾ ਸਹੀ ਤੇ ਸੇਫ ਤਰੀਕਾ ਵੀ ਸੁਝਾਉਣਗੇ। ਰਿਫਿਊਜ਼ਲ ਕੇਸਿਸ ਲਈ ਬਿਹਤਰੀਨ ਪਲੇਟਫਾਰਮ, ਕੰਟੈਕਟ ਕਰਨ ਲਈ ਕਾਲ ਕਰੋ ਇਸ ਨੰਬਰ ਤੇ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ ਤੁਹਾਡਾ ਬੇਬਾਗ ਦੇ ਵਿੱਚ, ਤੇ ਸਾਡੇ ਨਾਲ ਮੈਲਬਰਨ ਤੋਂ ਬਣੇ ਹੋਏ ਨੇ ਜਗਜੀਤ ਸਿੰਘ ਜੀ, ਤੇ ਇਹ ਲੜ ਰਹੇ ਨੇ ਇਲੈਕਸ਼ਨ ਕਾਉਂਸਿਲ ਇਲੈਕਸ਼ਨ ਮੈਲਬਰਨ ਦੇ ਵਿੱਚ। ਅਸੀਂ ਇਹਨਾਂ ਨਾਲ ਆਮ ਆਦਮੀ ਪਾਰਟੀ ਬਾਰੇ ਗੱਲ ਕੀਤੀ, ਮੈਨੂੰ ਲੱਗਦਾ ਹੈ ਕਿ ਜਿਹੜੀਆਂ ਇਲੈਕਸ਼ਨ ਇਹ ਲੜ ਰਹੇ ਨੇ ਅਸੀਂ ਸ਼ੁਰੂਆਤ ਦੇ ਵਿੱਚ ਥੋੜਾ ਜ਼ਿਕਰ ਕੀਤਾ ਸੀ, ਪਰ ਇਹਨਾਂ ਇਲੈਕਸ਼ਨ ਬਾਰੇ ਥੋੜਾ ਜਿਹਾ ਹੋਰ ਜਾਣਨਾ ਚਾਹਾਂਗੇ ਇਹਨਾਂ ਤੋਂ। ਇਹਨਾਂ ਨੇ ਦੱਸਿਆ ਕਿ ਕਿੱਥੋਂ ਕਿਉਂ ਇਹ ਚਾਹ ਰਹੇ ਸਨ ਕਿ ਇਹ ਇਹਨਾਂ ਇਲੈਕਸ਼ਨ ਦਾ ਹਿੱਸਾ ਬਣਨ, ਤੇ ਸਿੰਘ ਸਾਹਿਬ ਜਿੱਤਣ ਤੋਂ ਬਾਅਦ ਕੀ ਕਰੋਗੇ? ਹਾਂਜੀ, ਸਾਡੇ ਕੋਲ ਲੋਕਲ ਇਲੈਕਸ਼ਨ ਹੈ ਜੀ, ਜਿਹੜੇ ਏਰੀਆ ਦੇ ਵਿੱਚ ਮੈਂ ਰਹਿ ਰਿਹਾ, ਮੇਰੀ ਕਾਉਂਸਲ ਦਾ ਨਾਮ ਹੈ ਡਿਟਲ ਸੀ ਕਾਉਂਸਲ, ਇਹ ਮੈਲਬਰਨ ਦੇ ਨਾਰਥ ਦੇ ਵਿੱਚ ਪੈਂਦੀ ਹੈ, ਤੇ ਮੋਸਟਲੀ ਇੱਥੇ ਜਿਹੜਾ ਮੇਰੇ ਵਾਰਡ ਦੇ ਵਿੱਚ ਜਿਹੜਾ ਨਵਾਂ ਏਰੀਆ ਉਹਦੇ ਵਿੱਚ ਮੋਸਟਲੀ ਇੰਡੀਅਨ ਜਾਂ ਪੰਜਾਬੀ ਰਹਿੰਦੇ ਨੇ, ਤੇ ਸਾਊਥ ਵਾਲੇ ਪਾਰਟ ਦੇ ਵਿੱਚ ਪੁਰਾਣੇ ਲੋਕ ਪੁਰਾਣੀ ਵਸਨੀਕ ਨੇ, ਜਿਹੜੇ ਕਿ ਗ੍ਰੀਕ ਕਹਿ ਸਕਦੇ ਹਾਂ, ਇਟਾਲੀਅਨ ਜੀ ਹੈ, ਤੇ ਸਾਡੀਆਂ ਨਵੀਆਂ ਜ਼ਰੂਰਤਾਂ ਨੇ ਕਿਉਂਕਿ ਸਾਡੀ ਕਮਿਊਨਿਟੀ ਗਰੋ ਹੋ ਰਹੀ ਹੈ, ਨਵੇਂ ਬੱਚੇ ਆ ਰਹੇ ਨੇ, ਸਭ ਤੋਂ ਗਰੋਇੰਗ ਕਮਿਊਨਿਟੀ ਹੈ ਸਾਡੀ, ਤੇ ਉੱਥੇ ਇੰਫਰਾਸਟ੍ਰਕਚਰ ਦੀ ਪ੍ਰੋਬਲਮ ਆ ਰਹੀ ਹੈ, ਇੰਫਰਾਸਟ੍ਰਕਚਰ ਦੀ ਗਰੋਥ ਸਾਡੀ ਕਮਿਊਨਿਟੀ ਦੀ ਗਰੋਥ ਦੇ ਬਰਾਬਰ ਨਹੀਂ ਚੱਲ ਰਹੀ, ਤੇ ਉਹ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਸੀ, ਤੇ ਉਹ ਆਵਾਜ਼ ਚੁੱਕਣ ਵਾਲਾ ਮੈਂ ਬਣਿਆ, ਤੇ ਹੁਣ ਸਾਡੇ ਜੋ ਲੋਕਲ ਮੁੱਦੇ ਨੇ ਉਹ ਅਸੀਂ ਉਹਨਾਂ ਮੁੱਦਿਆਂ ਦੇ ਉੱਤੇ ਹੀ ਅਸੀਂ ਕੰਸਨਟ੍ਰੇਟ ਕਰਾਂਗੇ। ਇੱਥੇ ਹੁਣ ਅਸੀਂ ਕੋਈ ਮਤਲਬ ਕਿ ਜਿਵੇਂ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਹੁੰਦਾ ਕਿ ਤੁਸੀਂ ਅਨਾਜ ਫ੍ਰੀ ਦੇਣਾ ਜਾਂ ਡੇਲੀ ਫ੍ਰੀ ਦੇਣੀ, ਇਹੋ ਜਿਹੀ ਚੀਜ਼ ਕੋਈ ਨਹੀਂ ਹੁੰਦੀ, ਇੱਥੇ ਤਾਂ ਸਾਡੇ ਇਹ ਹੈ ਕਿ ਚਾਈਲਡ ਕੇਅਰ ਫੈਸਿਲਿਟੀ ਸਹੀ ਹੋਣ, ਗਰਾਊਂਡ ਸਹੀ ਹੋਣ, ਸਪੋਰਟਸ ਗਰਾਊਂਡ ਸਹੀ ਹੋਣ, ਸਕੂਲਿੰਗ ਸਹੀ ਹੋਵੇ, ਇਹ ਚੀਜ਼ ਇਹ ਮੇਰੇ ਮੁੱਦੇ ਨੇ ਜੀ। ਇਹੀ ਹੈ ਜਿਵੇਂ ਇਸ ਵਾਰ ਜੇ ਅਸੀਂ ਗੱਲ ਕਰੀਏ, ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਸੀਗੇ, ਪੰਜਾਬ ਦੇ ਵਿੱਚ ਕਰਪਸ਼ਨ ਦਾ ਮੁੱਦਾ ਜਿਹੜਾ ਹੈ ਇਸ ਵਕਤ, ਕਰਪਸ਼ਨ ਦਾ ਤੇ ਨਸ਼ੇ ਦਾ ਮੁੱਦਾ ਜਿਹੜਾ ਹੈ ਉਹ ਅਹਿਮ ਬਣਿਆ ਹੋਇਆ, ਤੇ ਤੁਸੀਂ ਵੀ ਇਸ ਵਿੱਚ ਆਪਣੇ ਜਿਹੜੇ ਮੁੱਖ ਕੋਈ ਅਜਿਹਾ ਮੁੱਦਾ ਹੋਵੇ ਜਿਸ ਨੂੰ ਬਹੁਤ ਹਾਈਲਾਈਟ ਕੀਤਾ ਹੋਵੇ ਕਿ ਇਹ ਜਿਹੜੀ ਗੱਲ ਹੈ, ਇਹ ਇਸ਼ੂ ਜਿਹੜਾ ਹੈ ਜੇ ਤੁਹਾਨੂੰ ਜਿਤਾਇਆ ਜਾਂਦਾ ਹੈ ਤੇ ਤੁਸੀਂ ਇਸ ਤੇ ਜ਼ਿਆਦਾ ਵਰਕ ਕਰੋਗੇ? ਹਾਂਜੀ, ਇਹਦੇ ਵਿੱਚ ਇੱਕ ਅਕਾਊਂਟੇਬਿਲਿਟੀ ਦਾ ਸਾਡੇ ਇਸ਼ੂ ਹੈ ਕਿ ਸਾਡੇ ਜਿਵੇਂ ਇੱਕ ਵਾਰਡ ਦੇ ਵਿੱਚੋਂ ਚਾਰ ਕੌਂਸਲਰ ਹੁੰਦੇ ਨੇ, ਤਾਂ ਉਹ ਕੌਂਸਲਰਾਂ ਦੇ ਵਿੱਚੋਂ ਜਿਹੜੇ ਸਾਡੇ ਏਰੀਏ ਦੇ ਵਿੱਚ ਜਿਨ੍ਹਾਂ ਨੇ ਕੰਮ ਕਰਨਾ ਸੀ ਉਹ ਚਾਰ ਸਾਲ ਕਿਤੇ ਦਿਖੇ ਨੇ, ਤਾਂ ਉਹਨਾਂ ਨੂੰ ਅਕਾਊਂਟੇਬਿਲਿਟੀ ਲਈ ਮੈਂ ਚੈਲੰਜ ਕੀਤਾ ਹੈ ਕਿ ਜੇਕਰ ਕੋਈ ਵੀ ਪੁਰਾਣਾ ਕੈਂਡੀਡੇਟ ਜਿਹੜਾ ਵੀ ਖੜਾ ਹੈ ਤਾਂ ਉਹ ਚਾਰ ਸਾਲ ਕਿੱਥੇ ਸੀਗੇ, ਤੇ ਹੁਣ ਜਿਹੜਾ ਵੀ ਅੱਗੇ ਬਣੇਗਾ ਤਾਂ ਉਹਨੂੰ ਇੱਥੇ ਲੋਕਾਂ ਦੇ ਵਿੱਚ ਵਿਚਰਨਾ ਪੈਗਾ, ਕਿਉਂਕਿ ਇੱਥੇ ਜੋ ਪੋਲਿਟਿਕਸ ਹੈ ਇੱਥੇ ਲੋਕਾਂ ਦੇ ਵਿੱਚ ਰਹਿ ਕੇ ਜੀ ਤੁਸੀਂ ਲੋਕਾਂ ਦੇ ਨੁਮਾਇੰਦੇ ਦਿਖਾਉਂਦੇ ਹੋ, ਨਾ ਕਿ ਜਦੋਂ ਤੁਸੀਂ ਚੁਣੇ ਜਾਓ ਤੇ ਤੁਸੀਂ ਅਲੋਪ ਹੋ ਜਾਵੋ, ਜਿਵੇਂ ਕਿ ਪੰਜਾਬ ਵਿੱਚ ਹੁੰਦਾ ਹੈ ਕਿ ਇੱਥੇ ਵੀਆਈਪੀ ਕਲਚਰ ਹੈ, ਸਾਡੇ ਇੱਥੇ ਬਿਲਕੁਲ ਇਸ ਤਰ੍ਹਾਂ ਨਹੀਂ ਹੈ, ਇਸ ਲਈ ਮੇਰਾ ਮੇਨ ਜੋ ਸਲੋਗਨ ਇਹ ਹੈ ਕਿ ਤੁਸੀਂ ਕਮਿਊਨਿਟੀ ਮੇ ਆਪਣਾ ਇੱਕ ਕਮਿਊਨਿਟੀ ਮੈਂਬਰ ਚੂਜ਼ ਕਰਨਾ ਹੈ, ਨਾ ਕਿ ਤੁਸੀਂ ਇੱਕ ਬਾਹਰਲਾ ਲੀਡਰ ਆਪਣੇ ਤੇ ਥੋਪਣਾ। ਜੀ ਜੀ, ਜਿਵੇਂ ਅੱਜ ਕੱਲ ਆਵਾਜ਼ਾਂ ਬਹੁਤ ਉੱਠਦੀਆਂ ਨੇ ਕਿ ਪੰਜਾਬ ਚ ਜਿਹੜੇ ਮੈਨੀਫੈਸਟੋਜ਼ ਲਾਂਚ ਕੀਤੇ ਜਾਂਦੇ ਨੇ, ਲੋਕਾਂ ਸਾਹਮਣੇ ਦੱਸੇ ਜਾਂਦੇ ਨੇ, ਦਿੱਤੇ ਜਾਂਦੇ ਨੇ, ਉਹ ਇੱਕ ਲੀਗਲ ਡਾਕੂਮੈਂਟ ਕਿਉਂ ਨਾ ਹੋਵੇ, ਉਹਦੀ ਅਕਾਊਂਟੇਬਿਲਿਟੀ ਕਿਉਂ ਨਾ ਹੋਵੇ, ਕਿਉਂ ਨਾ ਜੇ ਜੋ ਗੱਲਾਂ ਮੈਨੀਫੈਸਟੋ ਦੇ ਅੰਦਰ ਲਿਖੀਆਂ ਹੋਈਆਂ ਹੈਗੀਆਂ ਨੇ, ਕਿਉਂ ਨਾ ਉਹਨਾਂ ਤੇ ਸਵਾਲ ਕਰ ਸਕੇ ਜਨਤਾ, ਕਿਉਂ ਨਾ ਜੇ ਸਵਾਲ ਤੇ ਚਲੋ ਫਿਰ ਵੀ ਚੱਕੇ ਜਾਂਦੇ ਨੇ, ਪਰ ਇਹ ਕ੍ਰਾਈਮ ਕਿਉਂ ਨਾ ਹੋਵੇ, ਇਹ ਐਫ
ਨਾ ਹੋਵੇ ਕਿ ਜੇ ਇਹ ਕੰਮ ਪੂਰੇ ਨਹੀਂ ਹੋਏ ਤੇ ਉਹਨਾਂ ਨੂੰ ਕੁਝ ਹਟਾਉਣ ਦਾ ਪ੍ਰੋਵੀਜ਼ਨ ਜਾਂ ਕੋਈ ਸਜ਼ਾ ਦਾ ਪ੍ਰੋਵੀਜ਼ਨ ਕਿ ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਨੂੰ ਟਿਕਟਾਂ ਮਿਲ ਰਹੀਆਂ ਨੇ ਜਿਹੜੇ ਆਗੂ ਨੇ ਉਹ ਡਰਨ ਤਾਂ ਸਹੀ ਕਿ ਅਸੀਂ ਲੋਕਾਂ ਦੇ ਜਿਹੜੇ ਕੰਮ ਹੈ ਉਹ ਕਰਨੇ ਨੇ ਔਰ ਹਰ ਹਾਲ ਵਿੱਚ ਪੂਰੇ ਕਰਨੇ ਨੇ 5 ਸਾਲ ਲੰਘ ਜਾਂਦੇ ਨੇ ਮੈਨੀਫੈਸਟੋ ਤੇ ਅੱਧੇ ਤੋਂ ਜ਼ਿਆਦਾ ਕੰਮ ਜਿਹੜੇ ਨੇ ਹੋਏ ਨਹੀਂ ਹੁੰਦੇ ਤੇ ਤੁਹਾਡੀਆਂ ਜਿਹੜੀਆਂ ਇਲੈਕਸ਼ਨਸ ਹੈਗੀਆਂ ਨੇ ਉੱਥੇ ਵੀ ਕੁਝ ਇਸ ਤਰ੍ਹਾਂ ਦੀ ਮੈਨੀਫੈਸਟੋ ਵਰਗੀ ਕੋਈ ਚੀਜ਼ ਹੁੰਦੀ ਹੈ ਤੇ ਜੇ ਉਹ ਹੁੰਦੀ ਹੈ ਤੇ ਕੀ ਉਹ ਲੀਗਲ ਡਾਕੂਮੈਂਟ ਹੁੰਦਾ ਹੈ? ਹਾਂਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਇਨਫੋਰਸ ਡੈਮੋਕ੍ਰੇਸੀ ਨੂੰ ਕਿ ਤੁਸੀਂ ਲੀਗਲ ਤੌਰ ਤੇ ਬੰਦ ਹੋ ਜੋ ਤੁਸੀਂ ਕਰ ਰਹੇ ਹੋ, ਪਰ ਸਾਡੇ ਜੋ ਇੱਥੇ ਹੈ ਤੇ ਜੋ ਨਾਰਮਲੀ ਡੈਮੋਕ੍ਰੇਸੀ ਦੇ ਵਿੱਚ ਹੋਣਾ ਚਾਹੀਦਾ ਉਹ ਇਕਲਾਕੀ ਬਾਉਂਡਰੀ ਹੋਣੀ ਚਾਹੀਦੀ ਹੈ, ਜਿਹਨੂੰ ਕਹਿੰਦੇ ਆ ਐਥੀਕਲੀ। ਮੀਨਸ ਐਥੀਕਲੀ ਜੋ ਵੀ ਕੈਂਡੀਡੇਟ ਹੈ ਉਹਨੇ ਜੋ ਵਾਅਦੇ ਕੀਤੇ ਨੇ ਤਾਂ ਉਹਨੂੰ ਸ਼ੋਅ ਵੀ ਕਰਨਾ ਪਏਗਾ ਕਿ ਉਹ ਕਿਸ ਤਰੀਕੇ ਨਾਲ ਉਹਨਾਂ ਨੂੰ ਪੂਰਾ ਕਰੇਗਾ ਤੇ ਉਹਨੂੰ ਉਹਨਾਂ ਲਈ ਪੂਰਾ ਲਾਇਬਲ ਵੀ ਹੋਣਾ ਪਏਗਾ। ਤੇ ਜਿਹੜੇ ਇੱਥੇ ਲੋਕ ਨੇ ਸਾਡੇ ਇੱਥੇ ਆਰਗੇਨਾਈਜੇਸ਼ਨ ਹੈਗੀਆਂ ਨੇ, ਕਮਿਊਨਿਟੀ ਆਰਗੇਨਾਈਜੇਸ਼ਨ ਨੇ, ਉਹ ਟਾਈਮ ਟੂ ਟਾਈਮ ਬੁਲਾਉਂਦੀਆਂ ਨੇ ਨੁਮਾਇੰਦਿਆਂ ਨੂੰ ਵੀ ਹਾਂ ਤੁਸੀਂ 6 ਮਹੀਨੇ ਵਿੱਚ ਕੀ ਕੀਤਾ, ਤੁਸੀਂ ਕੀ ਗਿਆ ਸੀ ਤੇ ਕੀ ਕੀਤਾ। ਤਾਂ ਉਹਨਾਂ ਦਾ ਨਾਲ ਦੀ ਨਾਲ ਲੋਕਾਂ ਦੇ ਸਾਹਮਣੇ ਪਤਾ ਲੱਗਦਾ ਰਹਿੰਦਾ ਕਿ ਕੌਣ ਕਿੱਥੇ ਖੜਾ, ਕੌਣ ਕਿੰਨੇ ਪਾਣੀ ਚ ਹੈ। ਹੁਣ ਇਸ ਦੀ ਐਗਜ਼ਾਮਪਲ ਤੁਹਾਨੂੰ ਇਹ ਦੇ ਸਕਦਾ ਕਿ ਇਸ ਵਾਰ ਸਾਡੇ ਜੋ ਪਿਛਲੇ ਸਾਲ ਜੋ ਕੈਂਡੀਡੇਟ ਖੜੇ ਸੀਗੇ ਉਹਨਾਂ ਦੇ ਵਿੱਚੋਂ ਕਾਫੀ ਕੈਂਡੀਡੇਟ ਦੁਬਾਰਾ ਖੜੇ ਨਹੀਂ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਇਸ ਉਹਨਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤੇ ਕਰ ਨਹੀਂ ਸਕੇ ਤੇ ਹੁਣ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ। ਇੱਥੇ ਜਿਹੜੀ ਪੋਲਿਟਿਕਸ ਦੇ ਵਿੱਚ ਲਾਈਫ ਆ ਲੋਕਾਂ ਦੀ ਉਹ ਬਾਹਲੀ ਲੰਮੀ ਨਹੀਂ ਹੁੰਦੀ, ਬਹੁਤ ਥੋੜੇ ਲੀਡਰ ਨੇ ਜਿਹੜੇ ਵਾਰ ਵਾਰ ਇਲੈਕਸ਼ਨ ਲੜਦੇ ਨੇ ਇੱਥੇ, ਜਿੱਦਾਂ ਮੋਸਟਲੀ ਇੱਥੇ 4 ਤੋਂ 8 ਸਾਲ ਤੱਕ ਪੋਲਿਟਿਕਸ ਦੇ ਵਿੱਚ ਆਉਂਦੇ ਨੇ ਤੇ ਉਸ ਨੂੰ ਕਮਿਊਨਿਟੀ ਸਰਵਿਸਿਸ ਦੇ ਤੌਰ ਤੇ ਕਰਕੇ ਫਿਰ ਆਪਣੇ ਵਾਪਸ ਆਪਣੇ ਹੋਰ ਖਿੱਤੇ ਵਿੱਚ ਚਲੇ ਜਾਂਦੇ ਨੇ। ਜਿਵੇਂ ਆਪਣੇ ਉੱਥੇ ਇੰਡੀਆ ਦੇ ਵਿੱਚ ਤਾਂ ਹੈ ਕਿ ਪਿਤਾ ਪੁਰਖੀ ਕਿੱਤਿਆਂ ਦੀ ਬਣ ਚੁੱਕੀ ਹੈ ਫਾਲਤੂ, ਕਿ ਜੇਕਰ ਪਿਤਾ ਦਾਦਾ ਪਹਿਲਾਂ ਮੰਤਰੀ ਸੀ ਤਾਂ ਪੁੱਤ ਦਾ MLA ਹੋਊਗਾ, ਉਹ ਇੱਥੇ ਚੀਜ਼ ਨਹੀਂ ਹੈਗੀ ਜੀ। ਤੇ ਇਹ ਸਾਰੇ ਜਿਹੜੇ ਇਲੈਕਸ਼ਨਸ ਹੈਗੇ ਨੇ ਇਹ ਤੁਸੀਂ ਇਕੱਲੇ ਪੰਜਾਬੀ ਹੈਗੇ ਹੋ ਕੰਟੈਸਟ ਕਰਨ ਵਾਲੇ? ਨਹੀਂ ਜੀ, ਸਾਡੇ ਇੱਥੇ ਇਸ ਵਾਰ ਕਾਫੀ ਪੰਜਾਬੀਆਂ ਨੇ ਇਲੈਕਸ਼ਨ ਦੇ ਲਈ ਨੋਮੀਨੇਸ਼ਨ ਆਪਣੀਆਂ ਫਾਈਲ ਕੀਤੀਆਂ ਨੇ ਤੇ ਕਾਫੀ ਕੈਂਡੀਡੇਟ ਹਨ, ਅਲੱਗ ਅਲੱਗ ਕਾਉਂਸਲ ਦੇ ਵਿੱਚ ਅਲੱਗ ਅਲੱਗ ਵਾਰਡ ਦੇ ਵਿੱਚ ਕਾਫੀ ਕੈਂਡੀਡੇਟ ਹਨ। ਤੇ ਇੱਕ ਤਰੀਕੇ ਨਾਲ ਮੈਂ ਕਹਿ ਮੈਨੂੰ ਇਹ ਲੱਗ ਰਿਹਾ ਕਿ ਇੱਕ ਸਾਡੀ ਕਮਿਊਨਿਟੀ ਦੀ ਅਵੇਕਨਿੰਗ ਹੋ ਰਹੀ ਹੈ ਕਿ ਸਾਰਿਆਂ ਨੂੰ ਅਵੇਅਰਨੈਸ ਆ ਰਹੀ ਹੈ ਕਿ ਇੱਥੇ ਪੋਲੀਟੀਕਲ ਸਿਸਟਮ ਦੇ ਵਿੱਚ ਉਹਨਾਂ ਨੂੰ ਹਿੱਸਾ ਬਣਨਾ ਪਏਗਾ। ਹਰ ਕੋਈ ਆਪਣੇ ਆਪਣੇ ਅਲੱਗ ਅਲੱਗ ਮੁੱਦੇ ਲੈ ਕੇ ਅਲੱਗ ਅਲੱਗ ਧਰਾਤਲ ਤੇ ਖੜ ਕੇ ਇਸ ਚੀਜ਼ ਨੂੰ ਪੋਲੀਟਿਕਸ ਦੇ ਵਿੱਚ ਜਾਂ ਕਾਉਂਸਲ ਇਲੈਕਸ਼ਨ ਦੇ ਵਿੱਚ ਇੰਟਰਵਿਊ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਇੱਥੇ ਸਾਡੀ ਕਮਿਊਨਿਟੀ ਦੀ ਇਨਵੋਲਵਮੈਂਟ ਪੋਲੀਟੀਕਲ ਕਿੱਤੇ ਵਿੱਚ ਲਾਜ਼ਮੀ ਬਣ ਜਾਏਗੀ ਜੀ। ਇਸ ਮਤਲਬ ਮੇਰਾ ਆਖਰੀ ਸਵਾਲ ਜਿਹੜਾ ਹੈ ਉਹ ਇਹ ਹੈ ਕਿ ਵਾਈ ਪੀਪਲ ਸ਼ੁਡ ਵੋਟ ਯੂ, ਕਿਉਂ ਵੋਟ ਕਰਨ ਨੂੰ ਤੁਹਾਨੂੰ? ਓਕੇ ਹਾਂਜੀ, ਪੀਪਲ ਨੂੰ ਮੇਰੇ ਫੇਸ ਕਰਕੇ ਜਾਂ ਮੇਰੇ ਜਿਹੜੀ ਹੋਣ ਉਸ ਕਰਕੇ ਵੋਟ ਨਹੀਂ ਕਰਨੀ, ਜਿੰਨਾ ਮੁੱਦਿਆਂ ਲਈ ਮੈਂ ਅੱਗੇ ਚੱਲ ਰਿਹਾ, ਲੋਕਾਂ ਨੂੰ ਉਹਨਾਂ ਦੇ ਨਾਲ ਕੀ ਰਿਲੇਸ਼ਨ ਬਣਦੀ ਹੈ, ਲੋਕਾਂ ਨੂੰ ਉਹਨਾਂ ਚ ਕੀ ਸਮਝ ਆ ਰਿਹਾ ਤੇ ਉਹਨਾਂ ਨੂੰ ਜਿਹੜਾ ਮੈਂ ਵਿਸ਼ਵਾਸ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤੇ ਇਹ ਕਰਨੀਆਂ ਚਾਹੀਦੀਆਂ ਨੇ, ਉਹ ਲੋਕਾਂ ਦੇ ਮੁੱਦੇ ਨੇ, ਲੋਕਾਂ ਨਾਲ ਗੱਲ ਕਰਕੇ ਲੋਕਾਂ ਦੇ ਨਾਲ ਸਲਾਹਾਂ ਕਰਕੇ ਹੀ ਮੈਂ ਜੋ ਆਪਣਾ ਮੈਨੀਫੈਸਟੋ ਬਣਾਇਆ ਤੇ ਉਹ ਤੇ ਵਿਸ਼ਵਾਸ ਨੂੰ ਲੈ ਕੇ ਵੀ ਚੱਲ ਰਿਹਾ ਕਿ ਇਹ ਲੋਕਾਂ ਦੇ ਮੁੱਦੇ ਨੇ ਤੇ ਮੈਂ ਉਹਨਾਂ ਦਾ ਸਿਰਫ ਇੱਕ ਰਿਪ੍ਰੈਜੈਂਟੇਟਿਵ ਬਣ ਕੇ ਅੱਗੇ ਚੱਲ ਰਿਹਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨਾ ਲੋਕਾਂ ਤੋਂ ਮੈਂ ਉਹਨਾਂ ਦੇ ਵਿਚਾਰ ਲਏ ਨੇ ਤੇ ਉਹ ਆਪਣੇ ਜੋ ਮੁੱਦੇ ਸੀਗੇ ਉਹਨਾਂ ਨੂੰ ਪੂਰਾ ਕਰਨ ਲਈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਤੇ ਮੇਰੀ ਸਪੋਰਟ ਕਰਨਗੇ ਜੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਗੱਲ ਸਿਰਫ ਇੰਨੀ ਹੈਗੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਜਗਜੀਤ ਸਿੰਘ ਸਾਹਿਬ ਨੇ ਉਹ ਤੁਹਾਡੇ ਮੁੱਦਿਆਂ ਤੇ ਵਰਕ ਕਰ ਰਹੇ ਨੇ ਤੇ ਇਹੀ ਗੱਲ ਹੋਏਗੀ ਕਿ ਜਿਹੜਾ ਆਗੂ ਕੰਮ ਕਰ ਰਿਹਾ ਹੋਵੇ ਉਸਨੂੰ ਸਪੋਰਟ ਜ਼ਰੂਰ ਕਰਨਾ ਚਾਹੀਦਾ ਹੈਗਾ। ਸੋ ਮੈਲਬਰਨ 'ਚ ਬੈਠੇ ਜਿਹੜੇ ਵੀ ਲੋਕ ਨੇ ਅਸੀਂ ਇਹੀ ਕਹਾਂਗੇ ਕਿ ਤੁਹਾਨੂੰ ਸਹੀ ਲੱਗਦਾ ਹੈ, ਸਹੀ ਫੈਸਲਾ ਲੈਣਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ।